ਮੈਂ ਤੋਂ ਹਲਕੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਜਿਹੜੀ ਰੈਲੀ ਹੁਣ ਜਾ ਰਹੀ ਹੈ ਜਿਹਦੇ 'ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ, ਸਰਦਾਰ ਵਿਕਰਮ ਸਿੰਘ ਮਜੀਠੀਆ ਜੀ ਔਰ ਸੀਨੀਅਰ ਲੀਡਰਸ਼ਿਪ ਸ਼੍ਰੋਮਣੀ ਅਕਾਲੀ ਦਲ ਔਰ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸ਼੍ਰੀ ਸ਼ਵੇਤ ਮਲਿਕ ਜੀ, ਉਹਨਾਂ ਦੀ ਸਾਰੀ ਟੀਮ ਜਿਹੜੀ ਸਰਦਾਰ ਨੈਬ ਸਿੰਘ ਕੁਹਾੜ ਦੇ ਚੋਣ ਪ੍ਰਚਾਰ ਦੇ ਵਿੱਚ ਅੱਜ ਇੱਕ ਰੈਲੀ ਬਹੁਤ ਵੱਡੀ ਹੋਣ ਜਾ ਰਹੀ ਹੈ ਔਰ ਸਾਡੇ ਜਿਹੜੀਆਂ 6 ਨੰਬਰ ਔਰ 11 ਨੰਬਰ ਵਾਰਡ ਦੇ ਵਿੱਚ ਜਿਹੜੀਆਂ ਡਿਊਟੀਆਂ ਪਾਰਟੀ ਨੇ ਲਗਾਈਆਂ, ਡਾਕਟਰ ਦਲਜੀਤ ਸਿੰਘ ਚੀਮਾ ਜੀ ਉਹਨਾਂ ਦੇ ਨਾਲ, ਬੀਬੀ ਜਗੀਰ ਕੌਰ ਜੀ, ਸ਼੍ਰੀ ਪਵਨ ਕੁਮਾਰ ਟੀਨੋ ਜੀ ਔਰ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸਰਦਾਰ ਕੁਲਵੰਤ ਸਿੰਘ ਮੰਨਣ ਜੀ, ਜਿਨ੍ਹਾਂ ਨੇ ਸਾਡੀਆਂ ਡਿਊਟੀਆਂ ਇਹਨਾਂ ਵਾਰਡਾਂ 'ਚ ਲਗਾਈਆਂ। ਅਸੀਂ ਜਿੱਥੇ ਦਿਨ ਰਾਤ ਉੱਥੇ ਡੋਰ ਟੂ ਡੋਰ ਕਰ ਰਹੇ ਹਾਂ, ਉੱਥੇ ਨਾਲ ਦੇ ਨਾਲ ਨੁੱਕਰ ਮੀਟਿੰਗਾਂ ਦਾ ਸਿਲਸਿਲਾ ਲਗਾਤਾਰ ਇੱਕ ਹਫ਼ਤੇ ਤੋਂ ਜਾਰੀ ਹੈ ਔਰ ਅੱਜ ਅਸੀਂ 7 ਵਜੇ ਦੀ ਜਿਹੜੀ ਸਾਡੀ ਚੋਣ ਰੈਲੀ ਹੋਣ ਜਾ ਰਹੀ ਹੈ ਉਹਦੇ ਵਿੱਚ ਉਹ ਸਾਡੀਆਂ ਡਿਊਟੀਆਂ ਲਗਾਈਆਂ ਗਈਆਂ ਜਿੱਥੇ ਅਸੀਂ ਉਸ ਰੈਲੀ ਸ਼ਾਮਿਲ ਹੋਵਾਂਗੇ, ਉੱਥੇ ਨਾਲ ਦੇ ਨਾਲ ਰਾਤ ਦੀਆਂ ਜਿਹੜੀਆਂ ਸਾਡੀਆਂ ਮੀਟਿੰਗਾਂ ਆ ਉਹਨਾਂ ਨੂੰ ਵੀ ਸੰਬੋਧਨ ਕਰਾਂਗੇ ਔਰ ਲੋਕਾਂ ਨੂੰ ਪ੍ਰੇਰਨਾ ਕਰਾਂਗੇ ਕਿ ਜੋ ਸਰਦਾਰ ਰਣਜੀਤ ਸਿੰਘ ਕੁਹਾੜ ਜੀ ਨੇ ਇਲਾਕੇ ਵਾਸਤੇ ਕੀਤਾ, ਜੋ ਉਹਨਾਂ ਨੇ ਹਲਕਾ ਸ਼ਾਹਕੋਟ ਵਾਸਤੇ ਕੀਤਾ, ਉਹਨਾਂ ਦੀ ਦੇਣ ਨੂੰ ਭੁਲਾਇਆ ਨਹੀਂ ਜਾ ਸਕਦਾ ਔਰ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਹੈਗੀ ਹੈ ਕਿ ਉਹਨਾਂ ਦੇ ਸਪੁੱਤਰ ਸਰਦਾਰ ਨੈਬ ਸਿੰਘ ਕੁਹਾੜ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੇ, ਉਹਨਾਂ ਨੂੰ ਭਾਰੀ ਗਿਣਤੀ ਦੇ ਨਾਲ ਜਿਤਾਇਆ ਜਾਏ ਔਰ ਸਹੀ ਮਾਇਨੇ ਦੇ ਵਿੱਚ ਉਹੀ ਵੋਟਾਂ ਦੇ ਹੱਕਦਾਰ ਨੇ, ਕਿਉਂਕਿ ਦੂਜੇ ਪਾਸੇ ਜਿਹੜੇ ਕਾਂਗਰਸ ਦੇ ਉਮੀਦਵਾਰ ਆ ਉਹਦੇ ਬਾਰੇ ਲੋਕ ਭਲੀ ਭਾਅ ਜਾਣੂ ਹੈ ਕਿ ਇਹ ਲਟੇਰਿਆਂ ਦਾ ਗਰੋਹ ਆ ਔਰ ਹਮੇਸ਼ਾ ਹੀ ਇਹਨਾਂ ਦਾ ਵਿਸ਼ਵਾਸ ਕੇਵਲ ਅਤੇ ਕੇਵਲ ਲੁੱਟਣ ਦੇ ਵਿੱਚ ਰਿਹਾ ਔਰ ਪਿਛਲੇ ਜਿਹੜੇ 1 ਸਾਲ ਦੇ ਵਿੱਚ ਕਾਂਗਰਸ ਸਰਕਾਰ ਬੁਰੀ ਤਰ੍ਹਾਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਾਸਤੇ ਫੇਲ ਹੋਈ ਹੈ। ਅੱਜ ਉਹਦੇ ਖਿਲਾਫ਼ ਇੱਕ ਫਤਵਾ ਹੋਣ ਜਾ ਰਿਹਾ ਔਰ ਮੈਂ ਸਾਰੇ ਸਾਥੀਆਂ ਨੂੰ ਬੇਨਤੀ ਕਰਾਂਗਾ ਜਿਹੜੇ ਬਾਕੀ 6 ਜਾਂ 7 ਦਿਨ ਰਹਿ ਗਏ ਨੇ ਉਹਦੇ ਵਿੱਚ ਦਿਨ ਰਾਤ ਇੱਕ ਕਰਕੇ ਸਾਡੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸਰਦਾਰ ਨੈਬ ਸਿੰਘ ਕੁਹਾੜ ਉਹਨਾਂ ਦੀ ਜਿੱਤ ਵਾਸਤੇ ਅਸੀਂ ਦਿਨ ਰਾਤ ਮਿਹਨਤ ਕਰਨੀ ਹੈ। ਸਾਰੇ ਸਾਥੀਆਂ ਦਾ ਮੈਂ ਬਹੁਤ ਧੰਨਵਾਦ ਕਰਦਾ ਜਿਹੜੇ ਦਿਨ ਰਾਤ ਅਸੀਂ ਇੱਕ ਟੀਮ ਦੇ ਤੌਰ 'ਤੇ ਪਾਰਟੀ ਦੀ ਦਿੱਤੀ ਸੇਵਾ ਨਿਭਾ ਰਹੇ ਹਾਂ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ।